ਧਰਮ ਦੀ ਪਰਿਭਾਸ਼ਾ ਸਮਝਣ ਵਾਸਤੇ ਮਨੁੱਖ ਨੂੰ ਹਰ ਟਾਈਮ ਗੁਰੂ ਨਾਨਕ ਸਾਹਿਬ ਦੀ ਬਾਣੀ ਪੰਤੀ ਮਹਾਂਪੁਰਸ਼ਾਂ ਦੀ ਬਾਣੀ ਤੋਂ ਸਿੱਖਣਾ ਪਵੇਗਾ ਹਾਲਾਂਕਿ ਧਰਮ ਕਿਸ ਨੂੰ ਕਹਿੰਦੇ ਹਾਂ ਇਸ ਨੂੰ ਜਿਹੜਾ ਹੈ ਜੇ ਸਮਝਿਆ ਜਾਏ ਸੰਸਕ੍ਰਿਤ ਦਾ ਇਹ ਸ਼ਬਦ ਹੈ ਕਿਸੇ ਚੀਜ਼ ਨੂੰ ਧਾਰਨ ਕਰਨ ਨੂੰ ਧਰਮ ਕਹਿੰਦੇ ਹਨ ਤੇ ਸਿੱਖ ਕੌਮ ਵਿੱਚ ਧਰਮ ਜਿਹੜੀ ਹੈ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਦੇ ਹਿਸਾਬ ਨਾਲ ਦੁਨਿਆਵੀ ਤੌਰ ਤੇ ਵਖਰਾ ਹੈ ਪਰਮਾਤਮਾ ਦੇ ਹੁਕਮ ਨੂੰ ਗੁਰੂ ਨਾਨਕ ਸਾਹਿਬ ਨੇ ਧਰਮ ਕਿਹਾ ਹੈ ਜਿਸ ਤਰ੍ਹਾਂ ਕੀ ਜਪ ਬਾਣੀ ਸਤਿਗੁਰ ਪਿਤਾ ਉਪਦੇਸ਼ ਕਰਦੇ ਨੇ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂ ਇੱਥੇ ਧਰਮ ਪਰਮਾਤਮਾ ਦੇ ਹੁਕਮ ਨੂੰ ਕਿਹਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਸਾਰੀ ਫਿਲਾਸਫੀ ਦੇ ਵਿੱਚ ਪਰਮਾਤਮਾ ਦਾ ਹੁਕਮ ਹੀ ਧਰਮ ਹੈ ਆਮ ਕਰਕੇ ਸੰਸਾਰ ਵਿੱਚ ਧਰਮ ਜਾਂ ਰਿਲੀਜੀਅਨ Hindu mat Christian mat Musalman mat ਨੂੰ ਕਿਹਾ ਜਾਂਦਾ ਹੈ ਯਾ ਜਾਨੀ ਯਾ ਬੋਧੀ ਲੇਕਿਨ ਸਿੱਖ ਮਤ ਦੇ ਅੰਦਰ ਇਹਨਾਂ ਨੂੰ ਵਿਚਾਰ ਧਾਰਕ ਪਰਿਭਾਸ਼ਾਵਾਂ ਦੇ ਨਾਲ ਬਣਾਇਆ ਜਾਂਦਾ ਹੈ ਵਿਚਾਰ ਧਾਰਾਵਾਂ ਨੂੰ ਧਰਮ ਨਹੀਂ ਕਿਹਾ ਜਾ ਸਕਦਾ ਤੇ ਸਿੱਖ ਮਤ ਦੇ ਅੰਦਰ ਧਰਮ ਦੀ ਪਰਿਭਾਸ਼ਾ ਜੇ ਸਹੀ ਤਰੀਕੇ ਨਾਲ ਸਮਝਣਾ ਹੋਵੇ ਤੇ ਉਹਦੇ ਲਈ ਇਹ ਗੱਲ ਪੱਕੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਧਰਮ ਜਿਹੜਾ ਹੈ ਉਹ ਪ੍ਰਮਾਤਮਾ ਦੇ ਹੁਕਮ ਨੂੰ ਕਿਹਾ ਹੈ। ਔਰ ਅਸਲ ਧਰਮ ਦੀ ਪਰਿਭਾਸ਼ਾ ਜੇ ਸਮਝਣੀ ਹੋਏ ਕਬੀਰ ਜੀ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਧਰਮ ਜਿਹੜਾ ਹੈ ਉਹ ਕੀ ਹੈ? ਧਰਮ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਹੈ ਕਬੀਰ ਜੀ ਦੀ ਬਾਣੀ ਜਹ ਗਿਆਨ ਤਹ ਧਰਮ ਹੈ ਕਬੀਰ ਜਹ ਗਿਆਨ ਤਹ ਧਰਮ ਹੈ ਜਹ ਝੂਠ ਤਹ ਪਾਪ ਜਹ ਲੋਭ ਤਹ ਕਾਲ ਹੈ ਜਹ ਖਿਮਾ ਤਹ ਆਪ ਤੇ ਗਿਆਨ ਦੀ ਜਿਹੜੀ ਹੈ ਜਾਚ ਹੀ ਗਿਆਨ ਦੀ ਪ੍ਰਾਪਤੀ ਹੀ ਅਸਲ ਧਰਮ ਦੀ ਔਰ ਲੈ ਕੇ ਜਾਂਦੀ ਹੈ ਧਰਮ ਦੀ ਸਮਝ ਗਿਆਨ ਰਾਹੀਂ ਆਂਦੀ ਹੈ ਜਿਹੜਾ ਗਿਆਨ ਗੁਰਬਾਣੀ ਰਾਹੀਂ ਸਾਨੂੰ ਪ੍ਰਾਪਤ ਹੁੰਦਾ ਹੈ ਜੇ ਅਸੀਂ ਗੁਰਬਾਣੀ ਰਾਹੀਂ ਜਿਸ ਗਿਆਨ ਨੂੰ ਪ੍ਰਾਪਤ ਕਰਦੇ ਹਾਂ ਤਾਂ ਸਾਨੂੰ ਅਸਲ ਧਰਮ ਦੀ ਸਮਝ ਵਿੱਚ ਆਂਦੀ ਹੈ ਜੇ ਧਰਮ ਨੂੰ ਸਮਝਣਾ ਹੋਵੇ ਕਬੀਰ ਜੀ ਦੇ ਸਾਹਬ ਦੇ ਨਾਲ ਗਿਆਨ ਦੀ ਅਤੀ ਜ਼ਰੂਰਤ ਹੈ ਔਰ ਗਿਆਨ ਕਿਉਂ ਚਾਹੀਦਾ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਸਮਝਾਉਣ ਕਾਰਨ ਕਛੂਕ ਪੜੀ ਗਿਆ ਮਨ ਨੂੰ ਤਿਆਰ ਕਰਨ ਵਾਸਤੇ ਮਨ ਨੂੰ ਸਮਝਾਉਣ ਵਾਸਤੇ ਗਿਆਨ ਦੀ ਲੋੜ ਹੈ ਔਰ ਗਿਆਨ ਜਿਹੜਾ ਹੈ ਇਸ ਲਈ ਸਾਨੂੰ ਪ੍ਰੇਰਿਤ ਕਰਦਾ ਹੈ ਉਹ ਸਮਝ ਪੈਦਾ ਦਿੰਦਾ ਹੈ ਜਿਹੜਾ ਸਮਾਜ ਵਿੱਚ ਸਤਿਆਰੇ ਤਰੀਕੇ ਨਾਲ ਵਿਚਰਿਆ ਜਾ ਸਕੇ ਸਮਾਜ ਨੂੰ ਸਮਝਣ ਵਾਸਤੇ ਗੁਰਬਾਣੀ ਦੇ ਗਿਆਨ ਰਾਹੀਂ ਅਸੀਂ ਪ੍ਰਾਪਤੀ ਕਰ ਸਕਦੇ ਹਾਂ ਆਮ ਕਰਕੇ ਅਸੀਂ ਸੰਸਾਰ ਦੀਆਂ ਜਿਹੜੀਆਂ ਲੜਾਈਆਂ ਹਨ ਉਹ ਕਿਸੇ ਮਤ ਦੇ ਨੂੰ ਧਰਮ ਕਹਿਣ ਕਰਕੇ ਹੈ ਕਿ ਸਾਡਾ ਮਤ ਉੱਚਾ ਹੈ ਫਲਾਣੇ ਦਾ ਮਤ ਉੱਚਾ ਹੈ ਇਹ ਲੜਾਈਆਂ ਸਾਡੀਆਂ ਵਿਚਾਰ ਧਾਰਾ ਕਰਕੇ ਹੈ ਨਾ ਕਿ ਧਰਮ ਕਰਕੇ ਹੈ ਔਰ ਧਰਮ ਜੇ ਸਮਝਿਆ ਜਾਏ ਤੇ ਸੁਖਮਨੀ ਸਾਹਿਬ ਦੀ ਬਾਣੀ ਚ ਗੁਰੂ ਨਾਨਕ ਸਾਹਿਬ ਪੰਜਵੇਂ ਝਾਵੇਂ ਚ ਇਸ ਤਰ੍ਹਾਂ ਸਮਝਾਣਾ ਕਰਦੇ ਨੇ ਸਰਬ ਧਰਮ ਮਹਿ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹੁਣ ਇੱਥੇ ਇੱਕ ਗੱਲ ਪੱਕੀ ਹੋ ਜਾਂਦੀ ਹੈ ਕਿ ਨਿਰਮਲ ਕਰਮਾ ਵਿੱਚੋਂ ਹੀ ਧਰਮ ਪ੍ਰਗਟ ਹੋਣਾ ਹੈ ਔਰ ਨਿਰਮਲ ਕਰਮ ਕਿਥੋਂ ਆਣੇ ਨੇ ਗੁਰਬਾਣੀ ਦੇ ਨਾਮ ਜਪਣ ਦੇ ਨਾਲ ਗੁਰਬਾਣੀ ਦੇ ਪੜ੍ਹਮ ਦੇ ਨਾਲ ਗੁਰਬਾਣੀ ਨੂੰ ਵਿਚਾਰ ਕੇ ਜੀਵਨ ਵਿੱਚ ਢਾਲਣ ਦੇ ਨਾਲ ਇਸ ਗੱਲ ਨੂੰ ਅਸੀਂ ਗੁਰਬਾਣੀ ਨੂੰ ਜਦ ਵਿਚਾਰ ਕੇ ਪੜਾਂਗੇ ਤੇ ਉਸ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਾਂਗੇ ਤੇ ਧਰਮ ਦੀ ਸਹੀ ਪਰਿਭਾਸ਼ਾ ਸਾਡੇ ਪੱਲੇ ਪਏਗੀ ਨਹੀਂ ਤੇ ਦੁਨਿਆਵੀ ਸੰਸਾਰਕ ਲੋਕਾਂ ਵਾਂਗ ਅਸੀਂ ਵੀ ਧਰਮ ਦੇ ਨਾਂ ਤੇ ਲੜਦੇ ਔਰ ਆਪਣਾ ਮਨੁੱਖੀ ਜੀਵਨ ਬਰਬਾਦ ਕਰਦੇ ਹੋਏ ਇਸ ਸੰਸਾਰ ਵਿੱਚ ਵਿਚਰਾਂਗੇ ਠੀਕ ਹੈ ਜੀ ਇੰਨਾ ਹੀ ਤੁਸੀਂ ਕਰ ਲਓ ਵਧੀਆ ਜੀ ਆਪਾਂ